ਲਓ ਜੀ ਕਿਸਾਨ ਭਰਾਵੋ, ਅੱਜ ਆਪਾਂ ਸੁੱਕੇ ਵਾਹਣ ਵਾਹੁਣ ਦੇ ਫਾਇਦੇ ਦੀ ਗੱਲ ਕਰਦੇ ਹਾਂ ਤੁਹਾਡੇ ਨਾਲ। ਆਪਾਂ ਨੂੰ ਤਕਰੀਬਨ 4 ਸਾਲ ਹੋ ਗਏ ਬਈ ਆਪਾਂ ਕਣਕ ਵੱਢ ਕੇ ਵਾਹਣ ਨੂੰ ਕਦੇ ਪਾਣੀ ਨਹੀਂ ਲਾਇਆ, ਸੁੱਕਾ ਵਾਹੁਣੇ ਹੁੰਦੇ ਹਾਂ ਅਤੇ ਕਿਉਂਕਿ ਇਹਨੇ 4 ਮਹੀਨੇ ਬਈ ਇਹ ਤੋਂ ਬਾਅਦ ਪਾਣੀ 'ਚ ਹੀ ਰਹਿਣਾ ਹੈ ਨਾ। ਕਈ ਆਪਣੇ ਕਿਸਾਨ ਭਰਾ ਕਹਿ ਦਿੰਦੇ ਵੀ ਵਾਹਣ ਠੰਡਾ ਕਰਦੇ ਹਾਂ ਆਪਾਂ, ਪਾਣੀ ਛੱਡ ਦਿੰਦੇ ਹਾਂ ਨਾ, ਕਿਉਂਕਿ ਬਈ ਆਪਾਂ ਜ਼ਿਆਦਾਤਰ ਦੇਖੀਏ 100 ਚੋਂ 70-80% ਜਿਹੜੀਆਂ ਕਣਕਾਂ ਆਪਣੇ ਕਿਸਾਨ ਭਰਾ ਜੀਰੋ ਡਰਿੱਲ ਨਾਲ ਬਿਜਾਈ ਕਰ ਦਿੰਦੇ ਆ, ਅਤੇ ਵਾਹਣ ਜਿਹੜਾ ਆਪਾਂ ਸਾਲ ਤੋਂ ਵਾਹੁਣੇ ਆ ਨਾ, ਕਿਉਂਕਿ ਜੀਰੋ ਡਰਿੱਲ ਨਾਲ ਉਵੇਂ ਹੀ ਬੀਜ ਦਿੰਦੇ ਹਾਂ, ਵਾਹਣ ਵਹਿੰਦਾ ਨਹੀਂ। ਝੋਨਿਆਂ ਵੇਲੇ ਦਾ ਵਾਹਣ ਵਿਆਹ ਹੁੰਦਾ ਅਤੇ ਉਦੋਂ ਬਾਅਦ ਸਾਲ ਬਾਅਦ ਟਾਈਮ ਜਿਹੜਾ ਆਉਂਦਾ ਵਾਹਣ ਨੂੰ ਵਾਹੁਣ ਦਾ, ਅਤੇ ਉਹਦੇ ਵਿੱਚ ਵੀ ਜਿਹੜਾ ਆਹ 1 ਮਹੀਨਾ ਸਵਾ ਮਹੀਨਾ ਹੁੰਦਾ ਉਹਦੇ ਵਿੱਚ ਵੀ ਆਪਾਂ ਪਾਣੀ ਲਾ ਕੇ ਜਿਹੜਾ ਵਾਹਣ ਨੂੰ ਠੰਡਾ ਕਰੀ ਜਾਂਦੇ ਹਾਂ ਨਾ, ਕਿਉਂਕਿ ਬਈ ਵਾਹਣ ਸੁੱਕਾ ਵਾਹੁਣ ਦੇ ਨਾਲ ਜਿਹੜੇ ਵਾਹਣ ਦੇ ਵਿੱਚ ਪੌਸ਼ਟਿਕ ਤੱਤ ਆ ਨਾ, ਚੰਗੇ ਖੁਰਾਕੀ ਤੱਤ ਆ ਜਿਹੜੀ ਫਸਲ ਨੂੰ ਮਿਲਣੇ ਆ ਉਹ ਪੈਦਾ ਹੁੰਦੇ ਆ। ਅਤੇ ਦੂਜਾ ਫਾਇਦਾ ਇਹ ਆ ਵੀ ਵਾਹਣ ਦੇ ਵਿੱਚ ਪਾਣੀ ਨਹੀਂ ਖੜਦਾ, ਨਾ ਝੋਨੇ ਦਾ ਡੱਕਾ ਮਰੇ, ਅਤੇ ਨਾ ਕੋਈ ਬਿਮਾਰੀ ਦੇ ਵੀ ਚਾਂਸ ਜਿਹੜੇ ਬਹੁਤ ਘੱਟ ਜਾਂਦੇ ਆ। ਆਪਣਾ ਤਕਰੀਬਨ 3-4 ਸਾਲ ਤੋਂ ਬਈ ਤਜਰਬਾ ਰਿਹਾ ਸੁੱਕਾ ਵਾਹਣ ਵਾਹੁਣ ਦਾ, ਅਤੇ ਝੋਨੇ ਦਾ ਝਾੜ ਵੀ ਆਪਾਂ ਕਹੀਏ ਵੀ ਪੂਰਾ ਵਧੀਆ ਰਹਿੰਦਾ ਅਤੇ ਗਰੋਥ ਵੀ ਝੋਨੇ ਦੀ ਬਹੁਤ ਵਧੀਆ ਰਹਿੰਦੀ ਆ। ਅਤੇ ਕਈ ਆਪਣੇ ਕਿਸਾਨ ਭਰਾ ਕਹਿ ਦਿੰਦੇ ਵੀ ਅਸੀਂ ਵਾਹਣ ਠੰਡਾ ਕਰਦੇ ਹਾਂ ਨਾ, ਕਿਉਂਕਿ ਬਈ ਇਹਨੇ ਇਦੋਂ ਬਾਅਦ 4 ਮਹੀਨੇ ਪਾਣੀ ਦੇ ਵਿੱਚ ਹੀ ਰਹਿਣਾ। ਅਤੇ ਇਦੋਂ ਪਹਿਲਾਂ ਆਪਾਂ 3 ਵਾਰੀ ਇਹਨੂੰ ਹਲਾਂ ਨਾਲ ਵਾਹ ਤਾਂ ਅੱਗ ਲਾਈ ਸੀਗੀ ਵਾਹਣ ਨੂੰ, ਅਤੇ 3 ਵਾਰੀ ਹਲਾਂ ਨਾਲ ਵਾਹ ਕੇ ਅਤੇ 4ਵੀਂ ਵਾਰੀ ਇਹਦੇ 'ਚ ਹੁਣ ਚੁੰਝੂ ਮਾਰਤੇ, ਅਤੇ ਇਦੋਂ ਬਾਅਦ ਆਪਾਂ 1 ਵਾਰੀ ਜਿਹੜਾ ਹਲਾਂ ਨਾਲ ਵਾਹ ਕੇ ਅਤੇ ਵੱਟਾਂ ਪਾ ਕੇ ਰੱਖ ਦਾਂਗੇ। ਜੇ ਤਾਂ ਉਦੋਂ ਨੂੰ ਮੀਂਹ ਪੈ ਗਿਆ ਤਾਂ 1 ਵਾਰੀ ਕਿਆਰਿਆਂ ਦੇ ਵਿੱਚ ਵਾਹ ਦਾਂਗੇ, ਅਤੇ ਜੇ ਨਾ ਮੀਂਹ ਪਿਆ ਤਾਂ ਫਿਰ ਜਿਹੜੇ ਲੋੜ ਹੀ ਨਹੀਂ ਪੈਣੀ ਵਾਹੁਣ ਦੀ। ਅਤੇ ਤੁਸੀਂ ਵੀ ਦੱਸੋ ਕਮੈਂਟ ਕਰਕੇ ਵੀ ਕਿਹੜੇ ਕਿਹੜੇ ਕਿਸਾਨ ਭਰਾ ਸੁੱਕਾ ਵਾਹਣ ਵਾਹ ਕੇ ਜਿਹੜਾ ਝੋਨਾ ਲਾਉਂਦੇ ਆ ਨਾ, ਜਾਂ ਕਿਹੜੇ ਭਰਾ ਵਾਹਣ ਠੰਡਾ ਕਰਕੇ ਝੋਨਾ ਲਾਉਂਦੇ ਆ। ਅਤੇ ਆਪਣਾ ਤਜਰਬਾ ਇਹ ਆ ਵੀ ਬਈ ਜਿਹੜੇ ਕਿਸਾਨ ਭਰਾ ਵਾਹਣ ਠੰਡਾ ਕਰਕੇ ਹੈ ਨਾ ਪਾਣੀ ਲਾ ਕੇ ਉਦੋਂ ਬਾਅਦ ਵਾਹੁੰਦੇ ਆ, ਅਤੇ 1 ਕਿੱਲਾ ਤੁਸੀਂ ਅੱਡ ਛੱਡ ਕੇ ਦੇਖ ਲਿਓ ਬਈ, 1 ਕਿੱਲੇ ਨੂੰ ਪਾਣੀ ਨਾ ਲਾਇਓ, ਅਤੇ ਦੂਜੇ ਚਲੋ ਜਿਵੇਂ ਤੁਹਾਡੀ ਮਰਜ਼ੀ ਹੈ ਨਾ ਪਾਣੀ ਲਾ ਲਿਓ, ਪਰ ਬਈ ਉਹਦਾ ਤੁਹਾਨੂੰ ਫਾਇਦਾ ਮਿਲੂਗਾ, ਆਪਾਂ ਇਸ ਗੱਲ ਦੀ ਗਰੰਟੀ ਦਿੰਦੇ ਹਾਂ। ਕਿਉਂਕਿ ਵਾਹਣ ਦੇ ਵਿੱਚ ਬਈ ਖੁੱਲ੍ਹਾ ਰਹਿਣ ਦੇ ਨਾਲ ਹੈ ਨਾ ਜਿਹੜੇ ਕਿੰਨੇ ਇਹਨੂੰ ਖੁਰਾਕੀ ਤੱਤ ਮਿਲਦੇ ਆ ਧੁੱਪ ਦੇ ਨਾਲ, ਵਾਹਣ ਦੀਆਂ ਜਿਹੜੀਆਂ ਨਸਾਂ ਉਹ ਖੁੱਲ੍ਹਦੀਆਂ ਨਾ ਜਦੋਂ ਆਪਾਂ ਵਾਹੁੰਦੇ ਹਾਂ। ਵਾਹੋ ਜ਼ਰੂਰ ਹੈ ਨਾ, ਜਿੰਨਾ ਵੱਧ ਵਾਹ ਸਕਦੇ ਉਨਾ ਹੀ ਫਾਇਦਾ, ਕਿਉਂਕਿ 1 ਸਾਲ ਤੋਂ ਬਾਅਦ ਜਿਹੜਾ ਆਪਾਂ ਵਾਹਣ ਵਾਹੁੰਦੇ ਹਾਂ ਉਹਦੇ ਵਿੱਚ ਵੀ ਜਦੋਂ ਆਪਾਂ ਰੌਣੀ ਕਰ ਦਿੰਦੇ ਹਾਂ ਨਾ, ਕਈ ਕਿਸਾਨ ਭਰਾ ਰੱਪੜ ਵਾਹਣ ਪਾਣੀ ਦਾ ਭਰ ਦਿੰਦੇ ਆ, ਕਈ ਆਪਣੇ ਕਿਸਾਨ ਭਰਾ ਵਾਹ ਕੇ ਪਾਣੀ ਦਾ ਭਰ ਦਿੰਦੇ ਆ, ਤਾਂ ਉਹਦੇ ਨਾਲ ਬਈ ਆਹੀ ਆਪਣੇ ਕੋਲ 1-1.5 ਮਹੀਨਾ ਟਾਈਮ ਹੁੰਦਾ ਵਾਹਣ ਵਾਹੁਣ ਦਾ ਨਾ, ਜਾਂ ਖੁੱਲ੍ਹਾ ਰੱਖਣ ਦਾ, ਉਹਦੇ ਵਿੱਚ ਵੀ ਜਦੋਂ ਆਪਾਂ ਰੌਣੀ ਕਰਕੇ ਅਤੇ ਪਾਣੀ ਦਾ ਭਰ ਦਿੰਦੇ ਹਾਂ ਨਾ ਵਾਹ ਕੇ, ਉਹਦੇ 'ਚ 5-7 ਦਿਨਾਂ ਦਾ ਜਿਹੜਾ 10 ਦਿਨਾਂ ਦਾ ਫੇਰ ਵਾਹਣ ਨੂੰ ਜਿਹੜਾ ਟਾਈਮ ਨਹੀਂ ਲੱਗਦਾ ਖੁੱਲ੍ਹਣ ਦਾ ਨਾ ਜਾਂ ਵਾਹੁਣ ਦਾ, ਤਾਂ ਇਹਦੇ ਨਾਲ ਇਹੀ ਫਾਇਦਾ ਹੁੰਦਾ ਬਈ 1 ਤਾਂ ਡੱਕਾ ਨਹੀਂ ਮਰਦਾ, ਪਾਣੀ ਵੱਧ ਪੀਂਦਾ ਵਾਹਣ। ਜਿਹੜੇ ਕਈ ਆਪਣੇ ਕਿਸਾਨ ਭਰਾਵਾਂ ਦੀ ਸਮੱਸਿਆ ਹੁੰਦੀ ਹੈ ਕਿ ਵਾਹਣ ਪਾਣੀ ਨਹੀਂ ਪੀਂਦੇ ਨਾ, ਅਤੇ ਜੇ ਆਪਾਂ ਸੁੱਕਾ ਵਾਹਣ ਵਾਹਾਂਗੇ ਬਈ 101% ਤੁਹਾਨੂੰ ਫਾਇਦਾ ਮਿਲੂਗਾ। ਸੋ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ, ਅਤੇ ਬਾਕੀ ਕਮੈਂਟ ਕਰਕੇ ਜ਼ਰੂਰ ਦੱਸੋ ਵੀ ਕਿਹੜੇ ਕਿਹੜੇ ਆਪਣੇ ਕਿਸਾਨ ਭਰਾ ਸੁੱਕਾ ਵਾਹਣ ਵਾਹ ਕੇ ਝੋਨਾ ਲਾਉਂਦੇ ਆ, ਜਾਂ ਕਿਹੜੇ ਕਿਹੜੇ ਕਿਸਾਨ ਭਰਾ ਜਿਹੜਾ ਵਾਹਣ ਠੰਡਾ ਕਰਕੇ ਨਾ ਅਤੇ ਉਸ ਤੋਂ ਬਾਅਦ ਵਾਹੁੰਦੇ ਆ। ਸੋ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਿਓ, ਜਿਉਂਦੇ ਵਾਸਤੇ ਰਹੋ।